ਪ੍ਰਦੀਪ ਕਲੇਰ ਦਾ ਸੱਚ ਆਇਆ ਸਾਹਮਣੇ ਕਿ ਸਮਝੌਤੇ ਦੇ ਤਹਿਤ ਹੋਈ ਸੀ ਗ੍ਰਿਫਤਾਰੀ, ਕਿਵੇਂ ਬੇਅਦਬੀ ਦਾ ਮੁਲਜ਼ਮ ਖੁੱਲਾ ਘੁੰਮਣ ਲਈ ਛੱਡਿਆ ਗਿਆ, ਰਾਮ ਰਹੀਮ ਅਤੇ ਹਨੀਪ੍ਰੀਤ ਤੇ ਕਿਉਂ ਨਹੀਂ ਹੋਇਆ ਐਕਸ਼ਨ, ਕਿ ਹਰਿਆਣਾ ਚੋਣਾਂ ਦਾ ਹੈ ਕਨੈਕਸ਼ਨ, ਜੀ ਹਾਂ, ਕਿ ਬੇਅਦਬੀ ਦੇ ਦੋਸ਼ੀ ਨੂੰ ਹੀਰੋ ਬਣਾਉਣ ਅਤੇ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਕਿ ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਇੱਕ ਸਮਝੌਤੇ ਦੇ ਤਹਿਤ ਕੀਤੀ ਗਈ ਤੇ ਫਿਰ ਉਸਨੂੰ ਸਮਝੌਤੇ ਦੇ ਤਹਿਤ ਹੀ ਛੱਡਿਆ ਗਿਆ। ਇਸ ਦੇ ਸਬੂਤ ਹੁਣ ਜਨਤਕ ਹੋ ਗਏ ਨੇ, ਤੁਹਾਨੂੰ ਸਬੂਤ ਵੀ ਵਿਖਾਵਾਂਗੇ ਅਤੇ ਕਥਿਤ ਪੀਲ ਦੇ ਇਲਜ਼ਾਮਾਂ ਨਾਲ ਵੀ ਰੂਬਰੂ ਕਰਵਾਵਾਂਗੇ। ਪਰ ਪਹਿਲਾਂ ਜ਼ਰਾ ਇਸ 'ਤੇ ਗੌਰ ਕਰੋ ਕਿ 164 ਦੇ ਬਿਆਨਾਂ ਤੋਂ ਬਾਅਦ ਵੀ ਕਾਰਵਾਈ ਨਾ ਕਰਨਾ ਸਿਆਸਤ ਨਹੀਂ ਹੈ, ਕਿ 6 ਸਾਲਾਂ ਦੇ ਭਗੌੜੇ ਸ਼ਖਸ ਨੂੰ 3 ਮੁਕੱਦਮਿਆਂ 'ਚੋਂ 1 ਵਿੱਚ ਗ੍ਰਿਫਤਾਰ ਕਰਕੇ ਅਤੇ ਮੁੜ ਜ਼ਮਾਨਤ 'ਤੇ ਬਾਹਰ ਕੱਢ ਦੇਣਾ ਸਿਆਸਤ ਨਹੀਂ ਹੈ, ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲ ਕੇ ਬੇਅਦਬੀਆਂ ਦੇ ਦੋਸ਼ੀ ਨੂੰ ਸਿਆਸੀ ਸਮਝੌਤਿਆਂ ਤਹਿਤ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਸਵਾਲਾਂ ਦੇ ਜਵਾਬ ਉਹ ਵੀ ਸਬੂਤਾਂ ਸਣੇ ਸ਼੍ਰੋਮਣੀ ਅਕਾਲੀ ਦਲ ਨੇ ਸਾਹਮਣੇ ਰੱਖੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਬੰਟੀ ਰੋਮਾਣਾ ਨੇ ਸਬੂਤਾਂ ਸਣੇ ਇੱਕ ਸਨਸਨੀਖੇਜ਼ ਪ੍ਰੈਸ ਕਾਨਫਰੰਸ ਕੀਤੀ, ਪ੍ਰਦੀਪ ਕਲੇਰ ਦਾ ਕਾਲਾ ਚਿੱਠਾ ਖੋਲ੍ਹ ਕੇ ਰੱਖ ਦਿੱਤਾ। ਨਿੱਜੀ ਚੈਨਲਾਂ 'ਤੇ ਇੰਟਰਵਿਊ ਦੇ ਦੌਰਾਨ ਕਲੇਰ ਵੱਲੋਂ ਸਾਫ਼ ਕਿਹਾ ਗਿਆ ਕਿ ਮੈਂ ਕਿਤੇ ਨਹੀਂ ਗਿਆ, ਮੈਂ ਤਾਂ ਡੇਰੇ ਦੇ ਅੰਦਰ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਪਰ ਸਵਾਲ ਇਹ ਹੈ ਕਿ 6 ਸਾਲਾਂ ਤੋਂ ਭਗੌੜਾ ਕਿਵੇਂ ਬਚਿਆ ਰਿਹਾ ਅਤੇ ਫਿਰ ਜਦੋਂ ਗ੍ਰਿਫਤਾਰ ਹੋਇਆ ਤਾਂ ਇੱਕੋ ਥਾਣੇ ਵਿੱਚ ਦਰਜ 3 FIR ਵਿੱਚੋਂ 1 ਵਿੱਚ ਹੀ ਗ੍ਰਿਫਤਾਰ ਕੀਤਾ ਗਿਆ, 2 ਵਿੱਚ ਗ੍ਰਿਫਤਾਰੀ ਤੱਕ ਕਿਉਂ ਨਹੀਂ ਪਾਈ ਗਈ, ਕਿਵੇਂ ਬੇਅਦਬੀ ਦੇ ਦੋਸ਼ੀ ਨੂੰ ਹੀਰੋ ਬਣਾਇਆ ਜਾ ਰਿਹਾ, ਇਸ ਦੇ ਜ਼ਰਾ ਸਬੂਤ ਵੇਖੋ। ਇਸ ਬੰਦੇ ਨੂੰ ਤਾਂ ਇੰਨੀ ਖੁੱਲ੍ਹ ਸਰਕਾਰ ਨੇ ਦੇ ਰੱਖੀ ਸੀ, ਇੰਨਾ ਬੇਖੌਫ ਹੋ ਕੇ ਘੁੰਮ ਰਿਹਾ ਸੀ ਕਿ ਪਬਲਿਕ ਫੰਕਸ਼ਨਸ ਦੇ ਵਿੱਚ ਵੀ ਜਾਂਦਾ ਸੀ। ਕਿੱਥੋਂ ਸਾਹਮਣੇ ਆਇਆ ਆਪਾਂ ਸਾਰਿਆਂ ਨੇ ਦੇਖਿਆ, ਯੂਪੀ ਦੇ ਵਿੱਚ ਇੱਕ ਭਾਜਪਾ ਦੇ ਮਿਨਿਸਟਰ ਦੇ ਨਾਲ ਅਯੋਧਿਆ 'ਚ ਇੱਕ ਫੰਕਸ਼ਨ ਦੇ ਵਿੱਚ ਇਹਦੀ ਫੋਟੋ ਆ ਗਈ ਫੇਸਬੁੱਕ 'ਤੇ। ਜਦੋਂ ਬੰਦੇ ਨੂੰ ਡਰ ਡੁੱਕਰ ਕੋਈ ਨਾ ਹੋਵੇ ਤਾਂ ਫਿਰ ਅਸੀਂ ਬੇਖੌਫ ਹੁੰਦਾ। ਫੋਟੋ ਆਈ, ਫੋਟੋ ਜਦੋਂ ਸੰਗਤ ਦੇ ਵਿੱਚ ਆਈ ਰੌਲਾ ਪਿਆ, ਰੌਲਾ ਪੈਣ ਤੋਂ ਪੁਲਿਸ ਨੂੰ ਫਿਰ ਅੱਖਾਂ ਠੰਡੀਆਂ ਕਰਨ ਵਾਸਤੇ ਕੋਈ ਕਾਰਵਾਈ ਤਾਂ ਕਰਨੀ ਪੈਣੀ ਸੀ। ਪੁਲਿਸ ਨੇ ਇਹਨੂੰ ਅਰੈਸਟ ਕੀਤਾ ਇੱਕ ਸਮਝੌਤੇ ਤਹਿਤ, ਮੈਂ ਫੇਰ ਕਹਿੰਦਾ। ਹੁਣ ਤੁਸੀਂ ਵੇਖੋ, ਅਸਲੀ ਗੱਲ ਇੱਥੋਂ ਸ਼ੁਰੂ ਹੁੰਦੀ ਆ, ਤੁਹਾਨੂੰ ਜਿਹੜੇ ਮੈਂ ਡਾਕੂਮੈਂਟਸ ਲੈ ਕੇ ਆਇਆ ਸਾਬਤ ਹੋਊਗੀ। ਇੱਕ ਸਮਝੌਤੇ ਤਹਿਤ, ਇੱਕ ਡੀਲ ਤਹਿਤ ਇੱਕ ਅਰੈਸਟ ਹੋਈ ਅਤੇ 5-6 ਸਾਲ ਤੋਂ ਭਗੌੜਾ ਬੰਦਾ 2 ਮਹੀਨਿਆਂ ਦੇ ਵਿੱਚ ਬੇਲ 'ਤੇ ਬਾਹਰ ਆ ਗਿਆ। ਗੁਰੂ ਮਹਾਰਾਜ ਦੇ ਅੰਗ ਖਿੰਡਾਉਣ ਦਾ ਮੁਜਰਮ ਪਰ ਘੁੰਮ ਰਿਹਾ, ਉਹ ਵੀ ਉਹਨਾਂ ਸਰਕਾਰਾਂ ਦੀ ਸਰਪ੍ਰਸਤੀ ਹੇਠ ਜਿਨ੍ਹਾਂ ਨੇ ਦਾਅਵੇ ਕੀਤੇ ਸੀ ਕਿ ਬੇਅਦਬੀ ਦੇ ਇਨਸਾਫ ਤਾਂ ਮਿੰਟਾਂ ਵਿੱਚ ਹੋਣਗੇ, ਇੱਕ ਵਾਰੀ ਸੱਤਾ ਸਾਡੇ ਹੱਥ ਆਉਣ ਦਿਓ। ਹੁਣ ਅਕਾਲੀ ਦਲ ਨੇ ਸਬੂਤ ਵੀ ਜਨਤਕ ਕੀਤੇ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੀ ਕਾਰਵਾਈ 'ਤੇ ਸਵਾਲੀਆ ਨਿਸ਼ਾਨ ਵੀ ਲਗਾਇਆ। ਅਕਾਲੀ ਦਲ ਨੇ ਸਵਾਲ ਚੁੱਕੇ ਕਿ ਪ੍ਰਦੀਪ ਕਲੇਰ ਜਦੋਂ 3 ਕੇਸਾਂ ਵਿੱਚ ਲੁੜੀਂਦਾ ਸੀ ਤਾਂ ਗ੍ਰਿਫਤਾਰੀ 1 ਵਿੱਚ ਕਿਉਂ ਹੋਈ, ਕਿਸ ਦੇ ਹੁਕਮਾਂ 'ਤੇ ਪ੍ਰਦੀਪ ਕਲੇਰ ਨੂੰ 2 ਕੇਸਾਂ ਵਿੱਚ ਗ੍ਰਿਫਤਾਰ ਹੀ ਨਹੀਂ ਕੀਤਾ ਗਿਆ।
ਇੱਕੋ ਥਾਣੇ ਵਿੱਚ 3 FIR ਦਰਜ ਕਰਨ ਦੇ ਬਾਵਜੂਦ ਬੇਅਦਬੀ ਦਾ ਘਿਨੌਣਾ ਕਾਰਾ ਕਰਨ ਵਾਲੇ ਮੁਲਜ਼ਮ ਨੂੰ ਇੰਟਰਵਿਊਆਂ ਦੇਣ ਲਈ ਖੁੱਲ੍ਹਾ ਛੱਡਿਆ ਗਿਆ। ਜੀ ਹਾਂ, ਇਹ ਸਵਾਲ ਇਹ ਸਬੂਤ ਚੁੱਕ ਰਹੇ ਨੇ। ਇਸ ਬੰਦੇ 'ਤੇ 3 FIR ਹੈ, ਬੰਦੇ 'ਤੇ 3 FIR ਹੋਣ, PO ਡਿਕਲੇਅਰ ਹੋਇਆ ਹੋਵੇ, ਤਿੰਨੋਂ FIRs ਇੱਕੋ ਥਾਣੇ ਦੀਆਂ ਹੋਣ, ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਤਿੰਨੋਂ FIRs ਦੀ, ਇੱਕੋ SIT ਹੋਵੇ, ਉਹ ਬੰਦਾ ਫੜਿਆ ਜਾਵੇ ਅਤੇ ਤੁਸੀਂ ਇੱਕ ਦੇ ਵਿੱਚ ਅਰੈਸਟ ਪਾ ਦਿਓ, ਦੂਜੇ ਦੋ ਦੇ ਵਿੱਚ ਅਰੈਸਟ ਨਾ ਪਾਓ, ਉਹਨੂੰ ਛੱਡ ਦਿਓ, ਫਿਰ ਇਹਤੋਂ ਵੱਡੀ ਮਦਦ ਕੀ ਹੋ ਸਕਦੀ ਹੈ? ਪਰ ਪਿਕਚਰ ਤਾਂ ਹਜੇ ਬਾਕੀ ਸੀ, ਕਿਉਂਕਿ ਹੁਣ ਗੱਲ ਕਰਦੇ ਹਾਂ 164 ਦੇ ਉਹਨਾਂ ਬਿਆਨਾਂ ਦੀ ਜੋ ਪ੍ਰਦੀਪ ਗਲੇਰ ਨੇ ਖੁਦ ਆਪਣੇ ਹੱਥੀਂ ਲਿਖ ਕੇ ਜੱਜ ਨੂੰ ਦਿੱਤੇ। ਜੱਜ ਸਾਹਿਬ ਦੀ ਮੌਜੂਦਗੀ ਵਿੱਚ ਪ੍ਰਦੀਪ ਗਲੇਰ ਨੇ ਕਿਹਾ ਕਿ ਬੇਅਦਬੀ ਕਰਵਾਉਣ ਦੀ ਸਾਜ਼ਿਸ਼ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਕਹਿਣ 'ਤੇ ਹੋਈ ਸੀ। ਹੁਣ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਉਹ ਬਿਆਨ ਦਿਖਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ 164 ਦੇ ਬਿਆਨ ਨੇ ਕਿਉਂ ਹੁਣ ਤੱਕ ਹਨੀਪ੍ਰੀਤ ਨੂੰ ਕੇਸ ਵਿੱਚ ਨਾਮਜ਼ਦ ਨਹੀਂ ਕੀਤਾ ਗਿਆ, ਕਿਉਂ ਰਾਮ ਰਹੀਮ ਦੇ ਖਿਲਾਫ਼ ਪ੍ਰੋਸੀਕਿਊਸ਼ਨ ਯਾਨੀ ਕਾਨੂੰਨੀ ਕਾਰਵਾਈ ਦੀ ਇਜਾਜ਼ਤ ਪੰਜਾਬ ਦਾ ਗ੍ਰਹਿ ਵਿਭਾਗ ਜੋ ਕਿ ਮੁੱਖ ਮੰਤਰੀ ਦੇ ਹੇਠ ਹੈ ਨਹੀਂ ਦੇ ਰਿਹਾ? ਕਿ ਹਨੀਪ੍ਰੀਤ ਅਤੇ ਰਾਮ ਰਹੀਮ ਨੂੰ ਬਚਾਉਣ ਦਾ ਕਨੈਕਸ਼ਨ ਉਹਦੀਆਂ ਹਰਿਆਣਾ ਦੀਆਂ ਵਿਧਾਨ ਸਭਾ ਅਤੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਨਾਲ ਹੈ? ਹੈਂਡ ਰਿਟਨ ਉਹਨਾਂ ਬਿਆਨਾਂ ਦੇ ਵਿੱਚ ਰੈਲੇਵੈਂਟ ਪੋਰਸ਼ਨ ਮੈਂ ਤੁਹਾਨੂੰ ਪੜ੍ਹ ਦਿੰਦਾ ਜੋ ਹਨੀਪ੍ਰੀਤ ਬਾਰੇ ਕਹਿੰਦਾ। ਹਿੰਦੀ 'ਚ ਲਿਖਿਆ ਨੇ, ਮੈਂ ਇਸ ਕਰਕੇ ਹਿੰਦੀ 'ਚ ਪੜ੍ਹ ਰਿਹਾ। ਮੋਹਿੰਦਰ ਪਾਲ ਨੇ ਬਾਬਾ ਕੇ ਧਿਆਨ ਮੇ ਲਾਇਆ ਕਿ ਬੁਰਜ ਜਵਾਹਰ ਸਿੰਘ ਵਾਲਾ ਮੇ ਹਰਿੰਦਰ ਸਿੰਘ ਮਾਂਝੀ ਇੱਕ ਧਰਮ ਪ੍ਰਚਾਰਕ ਨੇ ਕਥਾ ਕੀ ਔਰ ਉਸਸੇ ਪ੍ਰੇਰਿਤ ਹੋ ਕੇ ਕੁਛ ਲੋਕੋ ਨੇ ਬਾਬਾ ਜੋ ਬਾਬਾ ਕੋ ਮਾਨਤੇ ਥੇ ਉਨਕੇ ਪ੍ਰੇਮੀ ਥੇ ਉਨ੍ਹੋਂਨੇ ਲਾਕਟ ਜਿਸਮੇ ਬਾਬਾ ਕੀ ਫੋਟੋ ਥੀ ਉਨਕੋ ਜ਼ਮੀਨ ਪਰ ਫੇਂਕ ਕੇ ਰੋਲ ਦਿਆ। ਯੇ ਸੁਣਤੇ ਹੀ ਹੁਣ ਅੱਗੇ ਸੁਣਿਓ, ਯੇ ਸੁਣਤੇ ਹੀ ਹਨੀਪ੍ਰੀਤ ਗੁੱਸੇ ਮੇਂ ਆ ਗਈ ਔਰ ਬੋਲੀ, ਯੇ ਲਾਕਟ ਜਬ ਫੇਂਕਾ ਤੋ ਆਪਨੇ ਕੁਛ ਕਿਉਂ ਨਹੀਂ ਕੀਆ? ਫਿਰ ਬਾਬਾ ਰਾਮ ਰਹੀਮ ਔਰ ਹਨੀਪ੍ਰੀਤ ਬੋਲੇ, ਈਂਟ ਕਾ ਜਵਾਬ ਪੱਥਰ ਸੇ ਦੋ। ਤਬ ਰਾਕੇਸ਼ ਔਰ ਬਿੱਟੂ ਬੋਲੇ ਕਿ ਵੋ ਤੋ ਪ੍ਰਚਾਰਕ ਹੈ ਔਰ ਸਿੱਖੋ ਕੀ ਨਿਸ਼ਾਨੀ ਤੋ ਗੁਰੂ ਗ੍ਰੰਥ ਹੈ। ਇਸ ਪਰ ਹਨੀਪ੍ਰੀਤ ਬੋਲੀ ਤੋ ਫਿਰ ਗੁਰੂ ਗ੍ਰੰਥ ਕੋ ਐਸੇ ਹੀ ਪੈਰੋਂ ਮੇਂ ਰੋਲੋ। ਫਿਰ ਬਾਬਾ ਰਾਮ ਰਹੀਮ ਬੋਲੇ ਕਿ ਜੋ ਹਨੀਪ੍ਰੀਤ ਕਹਿ ਰਹੀ ਹੈ ਉਸੇ ਜਲਦ ਸੇ ਜਲਦ ਕਰੋ। ਇਹ ਬਿਆਨ 164 ਦੇ ਥੱਲੇ ਪ੍ਰਦੀਪ ਕਲੇਰ ਨੇ ਜੱਜ ਦੇ ਸਾਹਮਣੇ ਦਿੱਤੇ, ਜਿਹਦੇ 'ਚ ਜੱਜ ਸਾਹਿਬ ਨੇ ਬਿਆਨਾਂ ਦੇ ਥੱਲੇ ਜੱਜ ਸਾਹਿਬ ਨੇ ਵੀ ਆਪਦੇ ਹੱਥਾਂ ਨਾਲ ਲਿਖਿਆ। ਹੁਣ ਇਹ ਸਟੇਟਮੈਂਟ ਦਿੱਤੀ ਵੀ ਹੈ ਜੀ 24 ਫਰਵਰੀ ਦੀ। ਅੱਜ ਆਪਾਂ ਤਕਰੀਬਨ ਮੈਨੂੰ ਲੱਗਦਾ ਅਗਸਤ ਦੇ ਮਹੀਨੇ 'ਚ ਹੀ ਆ ਗਏ, ਤਕਰੀਬਨ ਕਿ 2 ਅਗਸਤ ਹੋ ਗਈ ਜੀ। ਅੱਜ ਆਲਮੋਸਟ 6 ਮਹੀਨੇ ਹੋ ਗਏ ਇਸ ਸਟੇਟਮੈਂਟ ਨੂੰ। 164 ਦੀ ਸਟੇਟਮੈਂਟ ਉਹਨੇ ਕੋਰਟ ਦੇ ਵਿੱਚ ਦਿੱਤੀ ਹੈ ਅਤੇ ਅੱਜ ਤੱਕ ਪੰਜਾਬ ਪੁਲਿਸ ਨੇ ਹਨੀਪ੍ਰੀਤ ਨੋਮੀਨੇਟ ਕਰਕੇ ਅਰੈਸਟ ਕਿਉਂ ਨਹੀਂ ਕੀਤੀ ਜੀ? ਇਹ ਸਟੇਟਮੈਂਟ 'ਤੇ ਫਿਰ ਕੀ ਇਹ ਸਟੇਟਮੈਂਟ ਪੰਜਾਬ ਪੁਲਿਸ ਕੋਲ ਵੀ ਹੈ? ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਇਹਦੀ ਸਟੇਟਮੈਂਟ 'ਤੇ? ਹੁਣ ਤੱਕ ਤਾਂ 6 ਮਹੀਨਿਆਂ 'ਚ ਤਾਂ ਹਨੀਪ੍ਰੀਤ ਅਰੈਸਟ ਹੋਣੀ ਚਾਹੀਦੀ ਸੀ। ਅਰੈਸਟ ਛੱਡੋ, ਸੰਮਨ ਵੀ ਨਹੀਂ ਹੋਈ, ਨੋਮੀਨੇਟ ਵੀ ਨਹੀਂ ਹੋਈ। ਉਹ ਤਾਂ ਮਹਾਰਾਣੀ ਬਣ ਕੇ ਉੱਥੇ ਡੇਰੇ ਦਾ ਕੰਮ ਕਾਜ ਚਲਾ ਰਹੀ ਹੈ ਹਰਿਆਣੇ ਦੇ ਵਿੱਚ। ਅਤੇ ਫਿਰ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਵੇ ਕਿ 6 ਮਹੀਨੇ ਦੀ ਜਿਹੜੀ ਸਟੇਟਮੈਂਟ ਦਿੱਤੀ ਹੋਈ ਹੈ ਉਹਦੇ 'ਤੇ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ? ਸ਼੍ਰੋਮਣੀ ਅਕਾਲੀ ਦਲ ਨੇ ਸਬੂਤ ਵੀ ਜਨਤਕ ਕੀਤੇ ਅਤੇ ਸਵਾਲ ਵੀ ਚੁੱਕੇ ਨੇ। ਸਵਾਲ ਵੱਟ ਹੈ ਕਿ ਪ੍ਰਦੀਪ ਕਲੇਰ ਆਖਿਰ ਅਚਾਨਕ ਕਿੱਥੋਂ ਸੀਨ ਵਿੱਚ ਆਇਆ?
ਜਿਹੜਾ 6 ਸਾਲ ਤੋਂ ਭਗੌੜਾ ਸੀ ਉਹ ਕਿਵੇਂ ਟੀਵੀ ਚੈਨਲਾਂ ਤੇ ਇੰਟਰਵਿਊ ਦੇਣ ਲੱਗਿਆ। ਉਸ ਵੱਲੋਂ ਹੀ ਦਿੱਤੇ ਇਕਬਾਲੀਆ ਬਿਆਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ? ਜ਼ਾਹਿਰ ਹੈ ਕਲੇਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਕਾਲੀ ਦਲ ਤੇ ਸਵਾਲ ਚੁੱਕਣ ਵਾਲਿਆਂ ਤੋਂ ਵੀ ਜਵਾਬ ਤਾਂ ਬਣਦਾ ਹੀ ਹੈ।